लाखों दर्शकों का भरोसेमंद न्यूज चैनल R9 भारत। स्टेट बैंक ऑफ इंडिया के मुख्य दफ्तर में 35 लाख की लूट हुई। छोटी उम्र के दो लड़कों के द्वारा पैसों से भरा बैग बैंक के अंदर से लेकर चंपत हो गया। CCTV फुटेज में घटना कैद हो गई। पुलिस पर यह सारे मामले की जांच कर रही है। सारे मामले की जानकारी देते हुए SPCT वजीर सिंह खैरा ने बताया कि घटना सुबह 11:30 की है। माल रोडी स्थित स्टेट बैंक ऑफ इंडिया की मुख्य ब्रांच में कोर्ट के अंदर जाकर एक छोटी उम्र के लड़के ने पैसों से भरा बैग उठा लिया और वहां से निकल गया। फिलहाल लड़के कैमरे में कैद हो गए हैं। मामले को लेकर पुलिस ने कार्रवाई शुरू कर दी है। नरेश सत्री व विकास वर्मा इंचार्ज पंजाब की खास रिपोर्ट R9 भारत के लिए। बाहर गया जी। अज जिहड़ी स्टेट बैंक ऑफ इंडिया दे विच कोई घटना वापरी है, की घटना जिहदे बारे ब्रीफ कर दो थोड़ा। अज स्टेट बैंक ऑफ इंडिया दे विच इत्थे एक सवेरे तकरीबन 11:37 ते 37 दे उत्ते ਇਹਨਾਂ ਨੇ ਇੱਕ ਬੈਗ ਦੇ ਵਿੱਚ ਕੈਸ਼ ਪਾ ਕੇ ਜਿਹੜਾ ਬਾਹਰ ਨਿਕਲ ਗਿਆ। ਸੋ ਇਹਨਾਂ ਨੂੰ ਉਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਿਆ। ਜੋ ਫੁਟੇਜ ਦੇ ਵਿੱਚੋਂ ਥੋੜ੍ਹਾ ਬਹੁਤ ਸਾਨੂੰ ਪਤਾ ਲੱਗ ਰਿਹਾ ਵੀ ਉਹਦੇ ਨਾਲ ਇੱਕ ਹੋਰ ਵੀ ਅਡਲਟ ਬੰਦਾ ਸੀਗਾ। ਸੋ ਅਸੀਂ ਉਹ ਅੱਗੇ ਫਲੈਸ਼ ਕਰ ਰਹੇ ਹੈਗੇ ਹਾਂ ਕੇਸ ਇਸ ਕਰਕੇ। ਸਰ ਤੁਸੀਂ ਕਿਹਾ ਬੱਚਾ ਸੀ, ਕਿੰਨੀ ਕੁ ਉਮਰ ਹੋਣੀ ਅੰਦਾਜ਼ਨ? ਬੱਚਾ ਤਕਰੀਬਨ 10-12 ਸਾਲ ਦਾ ਲੱਗ ਰਿਹਾ ਦੇਖਣ ਨੂੰ। ਮਤਲਬ ਪਲਾਨ ਕਰਕੇ ਉਸਨੂੰ ਅੱਗੇ ਲਾਇਆ ਗਿਆ? ਹਾਂ, ਇਹ ਕੋਈ ਇਹੋ ਜਿਹਾ ਟ੍ਰੇਨਡ ਗਰੋਜ ਹੈ ਜਿਵੇਂ ਹੁੰਦਾ ਉਸ ਟਾਈਪ ਦੇ ਲੱਗ ਰਹੇ ਸੀਗੇ ਜਿਹੜੇ ਇੱਥੇ। ਕਾਫੀ ਉਹਨਾਂ ਦੀ ਮੂਵਮੈਂਟ ਜਿਹੜੀ ਹੈ ਲਗਾਤਾਰ 15-20 ਮਿੰਟ ਦੀ ਆ ਰਹੀ ਹੈਗੀ ਹੈ ਜੀ। ਜਿਹਦੇ ਵਿੱਚ ਪੇਤੀ ਨਹੀਂ, ਮਤਲਬ ਇਹ ਕੋਈ ਜਿਵੇਂ ਟ੍ਰੇਨ ਗਰੁੱਪ ਜੇ ਹੁੰਦੇ ਨਾ ਤੇ ਉਸਕ ਸੈਕਿੰਡ ਚ ਲੈ ਕੇ ਗਿਆ ਬੈਗ ਵਗੈਰਾ ਚੁੱਕ ਲੈਂਦੇ ਆ ਉਹੋ ਜਿਹੇ ਆ ਗਏ। ਕਿੰਨੀ ਕੋਈ CCTV ਵਗੈਰਾ? ਕੈਸ਼ 35 ਲੱਖ ਰੁਪਇਆ ਤੇ ਕੋਈ CCTV ਜੀ? ਕੋਈ ਵਾਨ ਟ੍ਰੈਕ ਫੁਟੇਜ ਹੈਗੀ ਆ? ਫੁਟੇਜ ਦੇ ਵਿੱਚੋਂ ਹੀ ਕਲੀਅਰ ਹੋ ਰਿਹਾ ਵੀ ਇੱਕ ਜਿਸ ਤਰ੍ਹਾਂ ਖਬਰਾਂ ਹੁੰਦੀਆਂ ਨੇ ਵੀ ਕਦੀ ਲੁੱਟ ਖੋ ਹੁੰਦੀਆਂ, ਬਟ ਇਹ ਜਿਹੜਾ ਇਹਦੇ ਚ ਆਮ ਬੰਦਾ ਜਾ ਸਕਦਾ ਉੱਥੋਂ ਚੱਕੇ ਗਏ ਨੇ ਪੈਸੇ, ਕਿਸ ਤਰ੍ਹਾਂ ਲੱਗ ਰਿਹਾ ਇਹ?